संगत जी, एवरी ट्यूजडे मॉर्निंग पीजे एमरजेंसी के बाहर ये लंगर चलते हैं। लंगर के नाल दवाइयां की सेवा लगातार चलती है, कंबलों की सेवा लगातार चलती है। भाई साहब अज आए ने लुधियाने तो भाजी लैके आए हो, स्पैशली जाके लुधियाने तो परचेज करके कंबल लैके आए हैं। रात को पीजी पेशेंट पहुँचते बिना कंबलों तो पहुँचते हैं। सिक्योरिटी गार्ड्स से लगातार साडा नैटवर्क है, वो सानू फोनस करते रहते हैं कि आप पेशेंट है, इन्होंने पेशेंट अटेंडेंट्स हैं बिना कंबल तो, उन्हें ठंड बहुत पै रही है, छोटे बच्चे होंगे हैं। हरभजन का ऑपरेशन पहले दसे 3.5 लाख रुपये का दसे, 3.5 लाख रुपये का ऑपरेशन दसिया, कि कराया होना भाजी? 13,000 रुपये ऑपरेशन कराया था। इलाज कराना अपने आप से बहुत वड्डी खेड है, डजंट मैटर तुसे आपां किन्ने क पढ़े लिखे, आपां किन्नी क अर्बनाइज सोसाइटी दे विच रहने हैं। इलाज कराना अपने आप से बहुत औखी गल है, ये ना सोचो कि सानू इंटरनेट का बहुत ज्ञान है, असी गूगल करके बहुत सारी चीज़ें लभ लाँगे। जो मैडिकल नैक्सस है इनू तोड़ना, इसे विचों क्रॉस करना बहुत मुश्किल है। 3.5 लाख रुपये का 13,000 रुपये ऑपरेशन कराया सीगा, हुण एक होर पेशेंट का ऑपरेशन कराया, उहदे सीगे 6.5 लाख रुपये, उहनू प्राइवेट हॉस्पिटल ने कॉस्ट दसी 6.5 लाख रुपये। ਆਪਾਂ ਕਿੰਨੇ 'ਚ ਕਰਾਇਆ ਭਾਅ ਜੀ? 72,000 ਰੁਪੀਸ 'ਚ, ਸਿਰਫ 72,000 ਰੁਪਏ 'ਚ। ਇਹ ਪੋਸੀਬਲ ਹੈ, ਬਹੁਤ ਸਾਰੇ ਇਹ ਲਾਈਫ ਸੇਵਿੰਗ ਔਰ ਲਾਈਫ ਚੇਂਜਿੰਗ ਓਪਰੇਸ਼ਨਸ ਹੁੰਦੇ ਨੇ। ਇਹਦੀ ਕਿੰਨੇ ਟਾਈਮ ਤੋਂ ਦਵਾਈ ਚੱਲ ਰਹੀ ਹੈ ਆਪਣੀ? 8 ਸਾਲ ਹੋ ਗਏ ਜੀ। 8 ਸਾਲ ਹੋ, ਦਵਾਈ ਸਾਡੇ ਤੋਂ ਕਿੰਨੀ ਟਾਈਮ ਤੋਂ ਸੇਵਾ ਚੱਲ ਰਹੀ ਲਗਾਤਾਰ? ਜਦੋਂ ਦਾ ਓਪਰੇਸ਼ਨ ਕਰਾਇਆ ਉਦੋਂ ਦੀ ਦਵਾਈ ਲਗਾਤਾਰ ਚੱਲ ਰਹੀ ਹੈ ਨਾ। ਇਸ ਤਰ੍ਹਾਂ ਦੀ ਦਵਾਈਆਂ ਲਗਾਤਾਰ ਸੇਵਾਵਾਂ ਚੱਲ ਰਹੀਆਂ, ਆਪਾਂ ਘਰਾਂ ਦੇ ਬੈਠੇ ਰਜਾਈਆਂ 'ਚ ਬੈਠੇ ਨਿੱਘ ਮਾਣ ਰਹੇ ਹਾਂ, ਬਹੁਤ ਚੰਗੀ ਗੱਲ ਹੈ। ਬਟ ਕਿਤੇ ਨਾ ਕਿਤੇ ਆ ਕੇ ਅਸੀਂ ਮੋਢਾ ਜ਼ਰੂਰ ਲਾ ਸਕਦੇ ਹਾਂ। ਬਹੁਤ ਔਖੀ ਗੱਲ ਨਹੀਂ ਹੈ, ਸਵੇਰੇ 6 ਵਜੇ ਸ਼ੁਰੂ ਹੁੰਦੇ ਲੰਗਰ, ਇਹ 7:30 ਵਜੇ ਮੁੱਕ ਜਾਂਦੇ ਹੈ। ਆਪਾਂ ਰੋਜ਼ਮਰ੍ਹਾ ਦਾ ਕੰਮ ਉਸ ਤੋਂ ਬਾਅਦ ਕਰ ਸਕਦੇ ਹਾਂ, ਜੋ ਸਾਡੀ ਪ੍ਰੋਫੈਸ਼ਨਲ ਬਿਜ਼ਨਸ ਨੇ, ਨੌਕਰੀਆਂ ਨੇ ਉਸ। ਹੁਣ ਤੁਸੀਂ ਜਾਣਾ ਭਾਅ ਜੀ ਆਪਣੀ ਜੋਬ 'ਤੇ ਵੀ ਜਾਣਾ ਇਸ ਤੋਂ ਬਾਅਦ, ਹੈ ਨਾ? ਚਲੇ ਜਾਓਗੇ, ਕੋਈ ਵੱਡੀ ਗੱਲ ਨਹੀਂ ਹੈ, ਹਫ਼ਤੇ ਦੇ ਇੱਕ ਦਿਨ ਤਾਂ ਆਪਾਂ ਆ ਸਕਦੇ ਨੇ ਨਾ। ਬਹੁਤ ਸਾਰੇ ਭਾਅ ਜੀ ਆਉਂਦੇ ਆ, ਇਹ ਵੀ ਹੁਣ ਜੋਬ 'ਤੇ ਜਾਣਾ ਤੁਸੀਂ, ਬਹੁਤ ਸਾਰੇ ਲੋਕ ਆ ਰਹੇ ਆ, ਸਟੂਡੈਂਟਸ ਨੇ ਇੱਥੇ, ਬਹੁਤ ਸਾਰੀ ਭੈਣਾਂ ਅਲੱਗ ਅਲੱਗ ਤਰੀਕੇ ਨਾਲ ਸੇਵਾ ਨਿਭਾਉਂਦੀਆਂ ਨੇ। ਸੋ ਆਪਾਂ ਇਕੱਠੇ ਹੋ ਕੇ ਐਜ਼ ਅ ਟੀਮ ਜ਼ਰੂਰ ਕਰ ਸਕਦੇ ਹਾਂ। ਪੀਜੇ ਐਮਰਜੈਂਸੀ ਐਵਰੀ ਟਿਊਜ਼ਡੇ ਮਾਰਨਿੰਗ ਸਵੇਰੇ 6 ਵਜੇ ਸ਼ੁਰੂ ਹੁੰਦੀ ਹੈ ਸੇਵਾਵਾਂ। ਪੇਸ਼ੈਂਟਸ ਨੂੰ ਮੈਡੀਸਿਨ ਦੀ ਬਹੁਤ ਲੋੜ ਹੁੰਦੀ ਹੈ ਨਾ, ਇਹ ਸਰਵਾਈਵਲ ਦੀ ਗੱਲ ਹੈ, ਕੋਈ ਲਗਜ਼ਰੀ ਦੀ ਗੱਲ ਨਹੀਂ ਹੈ ਨਾ, ਕਿਸੇ ਦੀ ਜ਼ਿੰਦਗੀ ਦਾ ਸਵਾਲ ਹੁੰਦਾ ਭਾਅ ਜੀ, ਹੈ ਨਾ? ਲੈ ਨਹੀਂ ਪਾਉਂਦੇ ਦਵਾਈਆਂ ਇਹ? ਹਾਂਜੀ, ਨਹੀਂ ਲੈ ਕਿਤੇ ਲੈ ਹੁੰਦੀ ਨਹੀਂ, ਤੇ ਕਿਰਾਇਆ ਵੀ ਕਿਤੇ ਗਵਾਂਢ ਦੇ ਮੁੰਡੇ ਤੋਂ ਫੜ ਕੇ ਆਇਆ, ਕਿਰਾਇਆ ਵੀ ਕਿਸੇ ਗਵਾਂਢ ਦੇ ਮੁੰਡੇ ਤੋਂ ਫੜ ਕੇ। ਦਵਾਈ ਪਤਾ ਕਿੰਨੇ ਮਹੀਨੇ ਦੀ ਦਵਾਈ ਕਿੰਨੇ ਦੀ ਹੈ? ਇਹ 1110 ਰੁਪਏ ਦੀ ਸਿਰਫ, ਪੂਰੇ ਮਹੀਨੇ ਦਾ ਸਰਵਾਈਵਲ ਹੈ। ਨਹੀਂ ਖਾਏਗਾ ਭਾਅ ਜੀ ਪੇਸ਼ੈਂਟ ਸਸਟੇਨ ਨਹੀਂ ਕਰੇਗਾ, ਇਹ ਇੰਨੀ ਜ਼ਰੂਰੀ ਸੇਵਾਵਾਂ ਨੇ। 1,000 ਰੁਪਏ 'ਚ ਤੁਸੀਂ ਕਿਸੇ ਬੰਦੇ ਦੀ ਜ਼ਿੰਦਗੀ ਬਚਾ ਸਕਦੇ ਹੋ। 1,000 ਰੁਪਏ 'ਚ ਅਸੀਂ ਪੀਜ਼ਾ ਖਾ ਜਾਂਦੇ ਭਾਅ ਜੀ, ਹੈ ਨਾ? ਸੋਚ ਲਓ ਇੱਕ ਟਾਈਮ ਤਾਂ ਪੀਜ਼ਾ ਨਹੀਂ ਖਾਇਆ, ਹੈ ਨਾ? ਆਪਾਂ ਮੌਲ 'ਚ ਘੁੰਮਣ ਜਾਂਦੇ ਹਾਂ, ਬਿਲਕੁਲ ਜਾਂਦੇ, ਬਹੁਤ ਚੰਗੀ ਗੱਲ ਹੈ। ਵੀਕਐਂਡ 'ਤੇ ਚਲੇ ਜਾਂਦੇ ਹੋ, ਕਦੇ ਸੋਚ ਲਓ ਮੌਲ 'ਚ ਚਲੇ ਗਏ ਸੀ, ਕੈਫੇ ਡੇ 'ਚ ਕੌਫੀ ਨਹੀਂ ਪੀਤੀ, ਹੈ ਨਾ? ਕਿਸੇ ਬੈਰਿਸਟਾ ਜਾਂ ਕਿਸੇ ਵੱਡੇ ਬ੍ਰਾਂਡ 'ਚ ਨਹੀਂ ਕੀਤਾ, ਗੱਠ ਮਾਰ ਦਿਓ ਨਾ। ਨਿਊਰੋ ਦਾ ਇਲਾਜ ਸੀ ਭਾਜੀ ਦਾ, ਹੈ ਨਾ? ਸੋ ਬਹੁਤ ਸਾਰੇ ਪੇਸ਼ੈਂਟ ਜ਼ਿੰਦਗੀ ਸਰਵਾਈਵ ਕਰ ਰਹੀਆਂ, ਬਦਲ ਰਹੀਆਂ ਨੇ। ਬਾਬਾ ਪਰਮਾਤਮਾ ਦੀ ਮਿਹਰ ਨਾਲ ਆਪਣਾ ਤਾਂ ਹੋ ਗਿਆ, ਬਾਈ ਜੀ ਬਾਹਰ ਕੁਝ ਕਰਨ ਵਾਲੇ ਨਹੀਂ, ਮੈਂ ਕਹਿੰਦਾ ਬਾਈ ਬਾਹਰ ਵਾਲੇ ਰੱਬ ਤਰੱਕੀ ਬਖਸ਼ਣ ਉਹਨਾਂ ਨੂੰ ਵੀ। ਸ਼ੁਕਰ ਹੈ, ਬਹੁਤ ਸ਼ੁਕਰ ਹੈ ਹਰਭਜਨ। ਠੀਕ ਹੈ, ਤੁਹਾਡੀ ਦਵਾਈਆਂ ਇਸ ਤਰ੍ਹਾਂ ਚੱਲਣਗੀਆਂ, ਠੀਕ ਹੈ? ਦੇਖੋ ਪੇਸ਼ੈਂਟ ਸੋਚਦੇ ਅਸੀਂ ਕਿਆ ਕਰੀਏ, ਇਹ ਵੀ ਆ ਕੇ ਖੰਨੇ ਤੋਂ ਆਇਆ, ਰਾਤ ਨੂੰ ਰੁਕਿਆ ਹੈ PGI ਗੁਰਦੁਆਰੇ, ਸਵੇਰੇ ਦਵਾਈਆਂ ਮਿਲ ਰਹੀਆਂ ਇਹਨੂੰ, ਹੈ ਨਾ? ਘਰ ਦੇ ਕੰਫਰਟ ਤੋਂ ਪੇਸ਼ੈਂਟ ਨੂੰ ਨਿਕਲਣਾ ਪਏਗਾ ਨਾ। ਜਿਹੜਾ ਦੇਣ ਵਾਲਾ ਡੋਨਰ ਵੀ ਹੈ, ਡਾਇਰੈਕਟਲੀ ਤੁਸੀਂ ਬਿੱਲ ਸਪੋਂਸਰ ਕਰ ਸਕਦੇ ਹੋ, ਡਾਇਰੈਕਟਲੀ ਦਵਾਈਆਂ ਸਪੋਂਸਰ ਕਰ ਸਕਦੇ ਹੋ। ਪਲੀਜ਼ ਆਓ, ਜੁੜੋ, ਬਹੁਤ ਜ਼ਰੂਰੀ ਗੱਲ ਹੈ ਨਾ ਇਹ। ਚੰਡੀਗੜ੍ਹ PGI ਐਮਰਜੈਂਸੀ ਸਵੇਰੇ 6 ਵਜੇ ਤੋਂ ਲੈ ਕੇ 7:30 ਵਜੇ ਤੱਕ ਇਹ ਲੰਗਰ ਚੱਲਦੇ, ਦਵਾਈਆਂ ਬਹੁਤ ਜ਼ਰੂਰੀ ਗੱਲਾਂ ਨੇ ਨਾ। ਇਹ ਦਵਾਈਆਂ ਲਈ ਆਏ ਹੋ ਸਾਰੇ, ਹੈ ਨਾ? ਬਹੁਤ ਸਾਰੇ ਪੇਸ਼ੈਂਟ ਦਵਾਈਆਂ ਲਈ ਆਉਂਦੇ ਨੇ, ਇੱਥੇ ਆਏ ਹੋ। ਨੈਫਰੋਲੋਜੀ ਡਿਪਾਰਟਮੈਂਟ ਮੇਂ ਲਿਖਾ ਹੈ, ਲੀਵਰ ਮੇਂ ਕਿਆ ਮਦਦ ਚਾਹੀਏ? ਕਿਆ ਮਦਦ ਚਾਹੀਏ? ਲੀਵਰ ਤੋਂ ਡੋਨੇਟ ਹੋਗਾ ਨਾ, ਓਪਰੇਸ਼ਨ ਕਾ ਮੈਟਰ। ਨੈਫਰੋਲੋਜੀ ਨਿਊ ਪੜੇਗਾ, ਰਿਜੈਕਟ ਹੋ ਗਿਆ। ਪੇਸ਼ੈਂਟ ਦੀ ਉਮਰ ਕਿੰਨੀ ਹੈ? 42 ਸਾਲ ਹੈ। ਮੇਰਾ ਮੁੰਡਾ ਹੈ। ਪੇਸ਼ੈਂਟ ਨੂੰ ਲਿਵਰ ਚਾਹੀਦਾ ਹੈ ਨਾ, ਇੱਥੇ ਹੁਣ ਪੇਸ਼ੈਂਟ ਹੋਰ ਵੀ ਆਏ ਸੀ, ਕਿਡਨੀ ਚਾਹੀਦੀ ਹੈ। ਆਪਾਂ ਡੈਥ ਤੋਂ ਬਾਅਦ ਬੋਡੀਜ਼ ਦਾ ਸੰਸਕਾਰ ਕਰਦੇ ਨਾ, ਬੋਡੀ ਜ਼ਰੂਰ ਡੋਨੇਟ ਕਰਿਆ ਕਰੋ, ਔਰਗਨ ਜ਼ਰੂਰ ਡੋਨੇਟ ਕਰਿਆ ਕਰੋ। ਇਲਾਜ ਸਭ ਨੂੰ ਚਾਹੀਦਾ ਭੈਣ ਜੀ, ਹੈ ਨਾ? ਇਲਾਜ ਸਭ ਨੂੰ ਚਾਹੀਦਾ, ਬਟ ਡਾਕਟਰਸ ਨੂੰ ਪ੍ਰੈਕਟਿਸ ਕਰਨ ਲਈ ਬੋਡੀ ਕੋਈ ਨਹੀਂ ਦਿੰਦਾ, ਹੈ ਨਾ? ਬੋਡੀ ਡੋਨੇਟ ਕਰਨਾ ਬਹੁਤ ਜ਼ਰੂਰੀ ਹੈ।
जे ऑर्गन डोनेट करना बहुत जरूरी है। मरण तो बाद बॉडी का ऑर्गन तो कोई नहीं कट पाता ना, वो तो सारे ऑर्गन फंक्शनल नहीं होंगे, बट प्रैक्टिस करने लिए बॉडीज चाहिए होंगी डॉक्टर्स ना, इलाज लिए डॉक्टर्स तो सबनों चाहिए, बट बॉडीज कोई नहीं दिता। सो बैटर अपनी बॉडियाँ डोनेट करिए, और ब्रेन डेड पेशेंट होएगा ना वो दे सकता है लीवर और किडनी का ना। क्या मदद कर सकते हैं भाई साहब? सर मैं आपको क्या बताऊं? बताओ तो सही। 20 लाख रुपए कहाँ से लाओ जो उसको उसका लीवर चेंज कराऊं, क्या करूं मैं? नंबर लिखो एक। लीवर कहाँ से मिलेगा? लीवर भी तो चाहिए, लीवर भी तो चाहिए। हाँ बाबूजी वही तो लीवर की समस्या है। लीवर में तो अब लीवर तो कोई देगा नहीं ना, लीवर तो ऐसे दे ही नहीं सकता। अगर मैं चाहता हूँ तो मैं तब भी नहीं दे सकता। सहायता होगी पहले डोनर तो करो। सेंट्रल गवर्नमेंट से और स्टेट गवर्नमेंट से फंड आता है ठीक है, सीधा पीजीए खाते में ठीक है, वो बता देगा ये आपको कैसे इसका आया था ठीक है। पेशेंट का नंबर है ये ठीक है, ये आपको बता देगा कि कैसे आएगा ठीक है। ये पेशेंट का नंबर है? हाँ, इसका फंड आया था ट्रांसप्लांट का, इसका ट्रांसप्लांट हो रखा है ठीक है, ये बता देगा आपको कैसे आएगा, कागज कौन से देने आप, कौन सी रास्ता है ठीक है। आपको रास्ता दिखा दिया ठीक है, इसका ट्रांसप्लांट हो रखा है ठीक है, ये आपको बता देगा कैसे आएगा गवर्नमेंट से सहयोग कैसे। हाँ ये आपको बता, इसका आया था